ਜੀ ਭਾਈ ਜਿਹੜਾ ਜਵਾਬ ਮੈਂ ਤੁਹਾਨੂੰ ਦੇਣ ਲੱਗਾ ਨਾ ਕੋਈ ਟਿਕਟੋਕਰ ਤੁਹਾਨੂੰ ਨਹੀਂ ਦੱਸਣ ਲਗਾ ਟਿਕਟੋਕਰ ਆਪਣੀ ਅਰਨਿੰਗ ਛੁਪਾਉਂਦੇ ਨੇ ਛੁਪਾਉਂਦੇ ਕਿਉਂ ਇਹ ਅੱਲਾ ਜਾਣਦਾ ਇਹ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਸਮਝ ਆਈ ਕਿ ਉਹ ਕਿਸੇ ਹੋਰ ਦਾ ਫਾਇਦਾ ਕਿਉਂ ਨਹੀਂ ਹੋਣ ਦਿੰਦੇ ਟਿਕਟੋਕ ਤੋਂ ਅਰਨਿੰਗ ਦੇ ਤਿੰਨ ਤਰੀਕੇ ਨੇ ਭਾਈ ਸਭ ਤੋਂ ਜਿਹੜਾ ਛੋਟਾ ਤਰੀਕਾ ਹੈ ਉਹ ਤੁਹਾਡੇ 1000 ਫਾਲੋਅਰਸ ਹੋਣੇ ਚਾਹੀਦੇ ਨੇ ਮੇਰੀ ਵੀਡੀਓ ਤੇ ਇਤਨੇ ਕਮੈਂਟਸ ਆਏ ਨੇ ਭਾਈ 1000 ਨਹੀਂ 10000 ਹੋਣੇ ਚਾਹੀਦੇ ਨੇ ਉਹ ਭਰਾਵੋ 1000 ਫਾਲੋਅਰ ਨਾਲ ਵੀ ਤੁਸੀਂ ਅਰਨਿੰਗ ਕਰ ਸਕਦੇ ਹੋ ਮੈਂ ਜਿਹੜਾ ਤੁਹਾਨੂੰ ਤਰੀਕਾ ਦੱਸਣ ਲੱਗਾ ਮੈਂ ਯੂਕੇ ਚ ਮੈਂ ਯੂਕੇ ਦੇ ਮੁਤਾਬਕ ਤੁਹਾਨੂੰ ਦੱਸਾਂਗਾ ਬਾਕੀ ਮੁਲਕਾਂ ਦਾ ਮੇਰੇ ਕੋਲ ਇਨਫਾਰਮੇਸ਼ਨ ਨਹੀਂ ਜਿਹੜੀ ਹੋਵੇਗੀ ਤੁਹਾਨੂੰ ਸਹੀ ਦੱਸਾਂਗਾ ਔਰ ਬਿਲਕੁਲ ਹੱਕੀ ਸੱਚੀ ਤੁਹਾਨੂੰ ਗੱਲ ਕਰਾਂ ਲਗਾ ਕਿ ਮੈਂ 100 ਪਾਉਂ ਤੋਂ ਜ਼ਿਆਦਾ ਹੋਣ ਤੱਕ ਟਿਕਟੋਕ ਤੋਂ ਕਮਾ ਚੁੱਕਿਆ ਵਿਡਰੋ ਨਹੀਂ ਕੀਤੇ ਲੇਕਿਨ ਮੇਰੇ ਅਕਾਊਂਟ ਚ 100 ਪੌਂਡ ਤੋਂ ਜ਼ਿਆਦਾ ਇਸ ਟਾਈਮ ਮੌਜੂਦ ਹੈ ਜਿਹੜੇ ਮੈਂ ਟਿਕਟੋਕ ਤੋਂ ਕਮਾਏ ਨੇ ਔਰ ਮੇਰੇ ਫਾਲੋਅਰਸ ਤੁਹਾਡੇ ਸਾਹਮਣੇ ਨੇ 5 ਤੋਂ 6000 ਦੇ ਦਰਮਿਆਨ ਨੇ ਸਭ ਤੋਂ ਛੋਟਾ ਜਿਹੜਾ ਹੁੰਦਾ ਉਹ ਟਿਕਟੋਕ ਸ਼ਾਪ ਹੈ ਟਿਕਟੋਕ ਸ਼ਾਪ ਤੇ ਤੁਸੀਂ ਉਹ ਉਹਦੇ ਚ 1000 ਫਾਲੋਅਰ ਚਾਹੀਦੇ ਨੇ ਉਹਦੇ ਚ ਤੁਸੀਂ ਫ੍ਰੀ ਸੈਂਪਲ ਮੰਗਾਣਾ ਹੁੰਦਾ ਹੈ ਪਹਿਲੀ ਕਮਾਈ ਤੁਹਾਡੀ ਹੋਗੀ ਤੁਹਾਨੂੰ ਫ੍ਰੀ ਸੈਂਪਲ ਮਿਲ ਜਾਏਗਾ ਦੂਸਰੀ ਕਮਾਈ ਉਸ ਫ੍ਰੀ ਸੈਂਪਲ ਤੇ ਰਿਵਿਊ ਦੇ ਕੇ ਤੁਸੀਂ ਵੀਡੀਓ ਬਣਾਣੀ ਹੁੰਦੀ ਔਰ ਨੀਚੇ ਤੁਸੀਂ ਲਿੰਕ ਦੇਣੀ ਹੁੰਦੀ ਹੈ ਜਿਹੜਾ ਕਿਸੇ ਨੂੰ ਵੀ ਅਗਰ ਜ਼ਰੂਰਤ ਹੈ ਜਿਹੜਾ ਵੀ ਪ੍ਰੋਡਕਟ ਬਾਇ ਕਰੇਗਾ ਤੁਹਾਡੀ ਲਿੰਕ ਓਪਨ ਕਰਕੇ ਉਸ ਤੇ ਤੁਹਾਨੂੰ ਕੁਝ ਕੰਪਨੀ 5% ਕੁਝ 10% ਕੁਝ 20 ਕੁਝ 30% ਜਿੰਨੀ ਸੇਲ ਹੋਵੇਗੀ ਉਹ ਕੰਪਨੀਆਂ ਤੁਹਾਨੂੰ ਦੇ ਦਿੰਦੀਆਂ ਨੇ ਉਹ ਜਿਹੜਾ 30% ਮਿਲਦਾ ਹੈ ਉਹ ਹੀ ਮੈਨੂੰ ਮਿਲਿਆ ਤੇ ਉਹ 100 ਤੋਂ ਜ਼ਿਆਦਾ ਪਾਉਂਡ ਮੇਰੇ ਬਣ ਗਏ ਨਾ ਮੈਂ ਝੂਠ ਨਾ ਬੋਲਣਗਾ ਮੈਂ ਕਿਉਂ ਛਪਾਵਾਂ ਮੈਂ ਚਾਹਨਾ ਅਗਰ ਮੇਰੀ ਵਜ੍ਹਾ ਤੋਂ ਤੁਹਾਡੇ ਚੋਂ ਕਿਸੇ ਦਾ ਫਾਇਦਾ ਹੁੰਦਾ ਹੈ ਤੇ ਮੈਂ ਜ਼ਿਆਦਾ ਤੂੰ ਜ਼ਿਆਦਾ ਤੁਹਾਨੂੰ ਫਾਇਦਾ ਦਿਆਂ ਜੇ ਕੁਝ ਤੁਸੀਂ ਪੁੱਛੋ ਮੈਂ ਉਸ ਗੱਲ ਦਾ ਤੁਹਾਨੂੰ ਜਵਾਬ ਦੇਵਾਂਗਾ ਜਿੰਨੀ ਮੇਰੇ ਕੋਲ ਇਨਫਾਰਮੇਸ਼ਨ ਹੈ ਪਹਿਲੇ 1000 ਫਾਲੋਅਰਸ ਤੇ ਦੂਸਰੀ ਜਿਹੜੀ ਹੁੰਦੀ ਹੈ ਉਹ 10000 ਤੇ ਹੁੰਦੀ ਹੈ ਉਹ ਹੁੰਦੀ ਹੈ ਮਾਰਕੀਟਪਲੇਸ ਉਹ ਮਾਰਕੀਟਪਲੇਸ ਚ ਕਿਸ ਤਰ੍ਹਾਂ ਇਨਕਮ ਹੁੰਦੀ ਹੈ ਉਹ ਅਜੇ ਤੱਕ ਮੈਨੂੰ ਵੀ ਨਹੀਂ ਪਤਾ ਕਿਉਂਕਿ ਮੈਂ ਉੱਥੇ ਤੱਕ ਅਜੇ ਪਹੁੰਚਿਆ ਨਾ ਜਦੋਂ ਮੈਂ ਪਹੁੰਚਾਂਗਾ ਤੇ ਇਨਸ਼ਾਅੱਲਾ ਮੈਂ ਅਪਲਾਈ ਵੀ ਕਰਾਂਗਾ ਔਰ ਤੁਹਾਨੂੰ ਮੁਕੰਮਲ ਤੌਰ ਤੇ ਗਾਈਡ ਵੀ ਕਰਾਂਗਾ ਕਿ ਕੀ ਹੈ ਕਿਸ ਤਰ੍ਹਾਂ ਇਨਕਮ ਹੁੰਦੀ ਹੈ ਤੀਸਰਾ ਹੁੰਦਾ ਹੈ ਕ੍ਰੀਏਟਰ ਫੰਡ ਕਰੀਏਟਰ ਫੰਡ ਕਿ ਹੁੰਦਾ ਹੈ ਕਿ ਉਹਦੇ ਤੁਸੀਂ ਜਦੋਂ ਮੋਨਟਾਈਜੇਸ਼ਨ ਤੁਹਾਡੀ ਅਪਲਾਈ ਹੋ ਜਾਂਦੀ ਹੈ ਨਾ ਤੇ ਤੁਸੀਂ ਜਿੰਨੀ ਵੀਡੀਓਜ਼ ਬਣਾਉਂਦੇ ਹੋ ਜਿੰਨੇ ਤੁਹਾਨੂੰ ਵਿਊਜ਼ ਆਉਂਦੇ ਨੇ ਜਿਸ ਤਰ੍ਹਾਂ YouTube ਤੇ ਆਉਂਦੇ ਨੇ ਉਹ ਤੁਹਾਨੂੰ ਵਿਊਜ਼ ਦੇ ਪੈਸੇ ਦੇ ਦਿੰਦੇ ਨੇ ਉਹ ਉਹ ਜਿਹੜਾ ਨਾ ਉਹ ਸਭ ਤੋਂ ਆਸਾਨ ਤਰੀਕਾ ਹੈ ਉਹਦੇ ਤੁਹਾਨੂੰ ਕੋਈ ਰਿਵਿਊ ਨਹੀਂ ਚਾਹੀਦਾ ਉਹਦੇ ਚ ਕੋਈ ਤੁਹਾਨੂੰ ਮਾਰਕੀਟ ਪਲੇਸ ਤੋਂ ਜਾ ਕੇ ਜਾਂ TikTok Shop ਤੋਂ ਜਾ ਕੇ ਫ੍ਰੀ ਸੈਂਪਲ ਨਹੀਂ ਚਾਹੀਦਾ ਇਹ ਤਿੰਨ ਤਰੀਕਿਆਂ ਫਿਲਹਾਲ अगर थे किसी मुकम्मल ने कोई मेरे को चाहता है जिड़ी मेरे को इनशाला हकी सची दा कद भी ना तो गलत बयानी करा ही कुछ पाँगा इनशाला